ਅਸਲਾਮ ਅਲੈਕੁਮ ਦੋਸਤੋ, ਉਮੀਦ ਹੈ ਕਿ ਸਾਰੇ ਦੋਸਤ ਭੈਣ ਭਰਾ ਖੈਰੀਅਤ ਨਾਲ ਹੋਣਗੇ। ਯਾਰ ਮੈਂ ਨਾ ਅੱਜ ਸ਼ਹਿਰ ਗਿਆ ਅਤੇ ਉੱਥੇ ਸਾਡੇ ਸ਼ਹਿਰ ਸ਼ੇਖਪੁਰ ਦੇ ਵਿੱਚ ਨਾ ਮੈਂ ਵੇਖਿਆ ਕਿ ਇੱਕ ਔਰਤਾਂ ਖੜੀਆਂ ਨੇ ਕਾਫ਼ੀ, ਮੈਂ ਕਿਹਾ ਬੜਾ ਰਸ਼, ਪਤਾ ਨਹੀਂ ਕੀ ਗੱਲ। ਮੈਂ ਗਿਆ, ਮੈਂ ਕਿਹਾ ਵੇਖਦਾ ਇੱਥੇ ਕੀ ਵਜ੍ਹਾ ਬਣੀ। ਉੱਥੇ ਤਾਰਕ ਸਕੂਲ ਦੇ ਵਿੱਚ ਨਾ ਕਿਤੇ ਇਨਕਮ ਸਪੋਰਟ ਆ ਦਫ਼ਤਰ ਹੈ ਅਤੇ ਉੱਥੇ ਉਹ ਇੰਦਰਾਜ ਹੋਣ ਡਿਆ ਸੀ ਉਹਨਾਂ ਦਾ। ਇੰਨੀ ਔਰਤ ਵਿਚਾਰੀ ਸੁਬਹਾ ਕੋਈ 3 ਵਜੇ ਕੋਈ 4 ਵਜੇ ਦੀ ਆ ਕੇ ਬੈਠੀ ਅਤੇ 2 ਵੱਜ ਗਏ ਤਾਂ ਅਜੇ ਤੱਕ ਉੱਥੇ ਹੀ, ਅਤੇ ਕਿਸੇ ਦਾ ਆਉਣ ਡਿਆ, ਕਿਸੇ ਦਾ ਆਉਣ ਹੀ ਨਹੀਂ ਡਿਆ, ਬੈਠੀਆਂ ਕਈ ਦਿਨਾਂ ਤੋਂ ਆਉਣ ਡੀਆਂ। ਅਤੇ ਯਾਰ ਗੱਲ ਕਰਨ ਦਾ ਮਕਸਦ ਇਹ ਕਿ ਕੋਈ ਇਹਦੇ ਵਾਸਤੇ ਕੋਈ ਸਹੀ ਤਰੀਕਾਕਾਰ ਨਹੀਂ ਹੋ ਸਕਦਾ ਕਿ ਬੰਦਾ ਦੱਸੇ ਵੀ ਅੱਜ ਤੁਹਾਡੇ ਇੰਨੇ ਹੋਣੇ ਆ ਅਤੇ ਤੁਸੀਂ ਇੰਨੇ ਫਲਾਨੀ ਬੀਬੀਆਂ ਇੰਨੀਆਂ ਦੇਣ ਇੰਨੀਆਂ ਕਰਨੀਆਂ ਅਤੇ ਦੂਜੀਆਂ ਚੱਲ ਜਾਣ ਵਾਪਸ। ਉਹ ਸਾਰੀਆਂ ਵਿਚਾਰੀਆਂ ਨੂੰ ਉੱਥੇ ਬਿਠਾ ਛੱਡਦੇ ਨੇ, ਮੁੜ ਕੇ ਕਹਿ ਦਿੰਦੇ ਨੇ ਜਾਓ ਵਾਪਸ। ਕੋਈ ਤਰੀਕਾਕਾਰ ਹੋਣਾ ਚਾਹੀਦਾ, ਤੁਸੀਂ ਵੀ ਦੱਸੋ ਐਵੇਂ ਹੋਣਾ ਚਾਹੀਦਾ ਕਿ ਸਹੀ ਹੋਣਾ ਚਾਹੀਦਾ ਕੰਮ। ਆ ਵੇਖੋ ਤੁਸੀਂ ਆ ਵੀਡੀਓ ਦੇ ਵਿੱਚ ਵੇਖ ਕੇ ਅਤੇ ਫੈਸਲਾ ਕਰੋ। ਚੈਨਲ ਸਬਸਕ੍ਰਾਈਬ ਕਰੋ ਅੱਛੀ ਵੀਡੀਓ ਵੇਖਣ ਵਾਸਤੇ। ਆਈਂਦਾ ਨੰਬਰ 1 ਪਹਿਲਾਂ ਬਣਾ ਦੇ।